ਤਿਰੰਗਾ ਜਿਹੜਾ ਰੰਗ ਆ ਉਹਨੂੰ ਵੀ ਛੱਡ ਗਈ, ਅੱਜ ਆਪਣਾ ਹੱਥ ਆ ਜਿਹੜਾ ਉਹਨੂੰ ਵੀ ਛੱਡ ਗਈ, ਅੱਜ ਜਿਹੜੇ ਨੇਤਾ ਨੇ ਉਹਨਾਂ ਦੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਪੋਤੇ ਰਾਹੁਲ ਗਾਂਧੀ ਉਹਨਾਂ ਦੀ ਫੋਟੋ ਗਿਆ, ਇੰਦਰਾ ਗਾਂਧੀ ਜੀ ਦੀ ਜਿਹੜੀ ਨੂੰਹ ਆ ਸ਼੍ਰੀਮਤੀ ਸੋਨੀਆ ਗਾਂਧੀ ਉਹਨਾਂ ਦੀ ਫੋਟੋ ਗਾਇਬ, ਜਿਹੜੇ ਖੜਗੇ ਸਾਹਿਬ ਨੇ ਪ੍ਰਧਾਨ ਕਾਂਗਰਸ ਪਾਰਟੀ ਦੇ ਉਹਨਾਂ ਦੀ ਫੋਟੋ ਗਾਇਬ, ਤੇ ਅੱਜ ਡਿਜ਼ਾਈਨ ਬਦਲ ਗਿਆ, ਅੱਜ ਰੰਗ ਬਦਲ ਗਿਆ। ਇੱਥੋਂ ਪਤਾ ਲੱਗਦਾ ਵੀ ਕੋਈ ਵੀ ਵੋਟ ਕਾਂਗਰਸ ਪਾਰਟੀ ਦੇ ਨਾਂ ਤੇ ਪੱਲੇ ਨਹੀਂ ਚੜ ਰਹੀ, ਅੱਜ ਰੰਗ ਹੀ ਬਦਲਤਾ। ਇਹ ਤਾਂ ਉਹਨਾਂ ਨੂੰ ਪੁੱਛੋ, ਪਰ ਜਿਹੜਾ ਕਾਂਗਰਸ ਆ ਜੋ ਪੋਸਟਰਾਂ ਤੋਂ ਤੁਸੀਂ ਗੱਲ ਕਿਹਾ ਵੀ ਉਹ ਚ ਕਾਂਗਰਸ ਨਹੀਂ ਗੀ, ਇੱਥੋਂ ਪਤਾ ਲੱਗਦਾ ਵੀ ਜਿਨ੍ਹਾਂ ਦੇ ਇਹ ਪਾਰਟੀ ਦਾ ਸਿੰਬਲ ਲੈ ਕੇ ਆਏ ਆ ਉਹ ਨਾ ਸਿੰਬਲ ਆ ਤੇ ਉਹ ਨਾ ਪਾਰਟੀ ਦਾ ਰੰਗ ਆ। ਸ਼ਹਾਦਤ ਹੋਈ ਉਹਦੇ ਜਾ ਕੇ ਮੱਲਮ ਲਾਈ ਆ, ਉਹਨਾਂ ਦੇ ਅੰਸੂ ਪੂੰਜੇ ਆ, ਉਹ ਇਹ ਗੱਡੀ ਆ। ਤੇ ਇਹ ਜਦੋਂ ਅਸੀਂ ਵੀ ਇਸ ਗੱਡੀ ਚ ਜਾ ਕੇ ਕਾਗਜ਼ ਭਰਦੇ ਆ, ਨੋਮੀਨੇਸ਼ਨ ਭਰਦੇ ਆ, ਤੇ ਉਹ ਪੰਜਾਬ ਦੇ ਬਾਰੇ, ਪੰਜਾਬ ਲਈ ਕੀ ਕੁਛ ਕਰਨਾ, ਕਿਸ ਦੌਰ ਚੋਂ ਨਿਕਲਿਆ ਪੰਜਾਬ, ਉਹ ਰੋਜ਼ ਇਹ ਗੱਡੀ ਯਾਦ ਕਰਾਉਂਦੀ ਆ, ਉਹ ਦਰਦ ਯਾਦ ਕਰਾਉਂਦੀ ਆ, ਉਹ ਮੱਲਮ ਲਾਉਣ ਵਾਲੀਆਂ ਗੱਲਾਂ ਕਰਦੀ ਆ। ਤੇ ਅੱਗੇ ਵੀ ਅਮਨ ਸ਼ਾਂਤੀ ਦੇਸ਼ ਲਈ ਖੜਨਾ, ਦੇਸ਼ ਲਈ ਆਪਣੀ ਕਿਸੇ ਵੀ ਕੀਮਤ ਤੇ ਉਹ ਤਿਰੰਗਾ ਹੈ ਜਿਹੜਾ ਉਹ ਚੁੱਕਣ ਨਹੀਂ ਦੇਣਾ ਇਹ ਗੱਡੀ।